कैमरामैन गगन दे नाल मैं मनदीप सिंह तुहाडा स्वागत करदा हां जी अपने चैनल शौकीन सरदार दे उपर। पहुंचे जी मुक्तसर मंडी, इत्थे सानूं इक बजुर्ग घोड़ा पालक मिले ने जी, आओ उहनां दे नाल आपां कुछ विचार सांझे करदे हां। ਵਾਹਿ ਖਾਲਸਾ ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਹਾਂਜੀ ਵੀਰੋ, ਕੀ ਨਾਮ ਹੈ ਤੁਹਾਡਾ ਜੀ? ਮੇਰਾ ਨਾਮ ਦਰਸ਼ਨ ਸਿੰਘ ਹੈ ਜੀ। ਕਿਹੜੀ ਜਗ੍ਹਾ ਤੋਂ ਆਏ ਜੀ? ਅਸੀਂ ਲੁਹਾਰੇ ਤੋਂ ਆਏ ਜੀ, ਸ੍ਰੀ ਮੁਕਤਸਰ ਸਾਹਿਬ ਪਿੰਡ ਲੁਹਾਰਾ। ਅੱਛਾ ਜੀ, ਜਿਹੜਾ ਸ੍ਰੀ ਮੁਕਤਸਰ ਸਾਹਿਬ ਪਿੰਡ ਲੁਹਾਰਾ? ਲੁਹਾਰਾ ਜੀ। ਅੱਛਾ ਜੀ, ਇਹ ਕਿੰਨੇ ਦਿਨ ਹੋ ਗਏ ਵੀਰੋ ਤੁਹਾਨੂੰ ਮੰਡੀ ਵਿੱਚ ਆਉਂਦੇ ਨੂੰ? ਮੈਨੂੰ ਮੰਡੀ 'ਚ ਆਉਂਦੇ ਹੁੰਦਾ ਜੀ ਜ਼ਿੰਦਗੀ ਟੱਪ ਗਈ। ਅੱਛਾ ਜੀ, ਮੈਂ 5 ਸਾਲ ਦਾ ਸੀਗਾ। ਅੱਛਾ ਜੀ, ਤੇ ਮੇਰੇ ਦਾਦੇ ਕੋਲੇ ਵੀ ਘੋੜੀ ਹੁੰਦੀ ਸੀ। ਅੱਛਾ ਜੀ, ਚਾਚੇ ਤਾਏ ਵੀ ਘੋੜੀਆਂ ਰੱਖਦੇ ਸੀ। ਹਾਂਜੀ, ਤੇ ਮੈਂ ਵਦੋ ਵਦੀ ਘੋੜੀ ਤੇ ਚੜਦਾ। ਅੱਛਾ ਜੀ, ਉਹਨਾਂ ਤੋਂ ਛੱਟੀ ਫੜਦਾ, ਲਗਾਮ ਫੜਦਾ। ਅੱਛਾ ਜੀ, ਉਹ ਪੜਾਉਂਦੇ ਨਾ। ਅੱਛਾ ਜੀ, ਤੇ ਫੇਰ ਘੋੜੀ ਤੇ ਚੜਨ ਦਾ ਸ਼ੌਂਕ ਇੰਨਾ, ਜੋ ਰਾਹ ਜਾਂਦੇ ਉਹ ਤੋਂ ਚੋਰ ਕਿਉਂ ਜਾਂਦੇ? ਹਾਂਜੀ, ਮੈਨੂੰ ਪਤਾ ਲੱਗ ਜਾਂਦਾ ਵੀ ਰਾਹ ਜਾ ਕੇ ਮੇਰੇ ਪਿੰਡ ਜਾਣਾ। ਹਾਂਜੀ, ਮੈਂ ਉਸ ਰਾਹ ਤੇ ਜਾ ਕੇ ਬਹਿ ਜਾਣਾ 2 ਕਿਲੇ ਦੂਰ ਜਾ ਕੇ ਪਿੰਡ ਤੋਂ। ਅੱਛਾ ਜੀ, ਫੇਰ ਉਹ ਮੂਹੇ ਚਿੰਬੜ ਜਾਣਾ। ਅੱਛਾ ਜੀ, ਮੈਨੂੰ ਘੋੜੀ ਤੇ ਬਿਠਾ ਕੇ ਚੜਾਓ। ਅੱਛਾ, ਮੈਂ ਤੁਹਾਡੇ ਨਾਲ ਜਾਣਾ, ਫਿਰ ਨਾ ਤਾਂ ਮੋੜ ਸਕਦੇ ਸੀਗੇ, ਜੋ ਜੇ ਲੀੜੇ ਹੁੰਦੇ ਨੰਗ ਤੜੰਗਾ ਹੁੰਦਾ ਮੈਨੂੰ ਚੜਾ ਲਿਆਂਦੇ। ਅੱਛਾ ਜੀ, ਇੱਕ ਵਾਰਾ ਮੇਰਾ ਕੁੜਤਾ ਵੀ ਸਿਓ ਜਾ ਕੇ ਸਕੀਰੀ ਚ ਪਾਇਆ ਉਹਨਾਂ ਨੇ ਸਿਓ ਕੇ। ਅੱਛਾ, ਉਦਾਂ ਹੀ ਜੋ ਘਰੇ ਕੱਪੜੇ ਪਾਏ ਸੀ ਉਦਾਂ ਹੀ ਚੱਲੇ ਕੇ ਚੜ ਕੇ ਘੋੜੀ ਤੇ? ਉਵੇਂ ਹੀ ਉਵੇਂ ਹੀ। ਅੱਛਾ ਜੀ, ਤੇ ਦੁਬਾਰਾ ਫੇਰ ਮੈਂ ਜਦੋਂ ਵਾਹਵਾ ਹੋ ਗਿਆ, ਹਾਂਜੀ, ਤੇ ਮੈਨੂੰ ਆ ਘੋੜੀ ਹੁੰਦੀ ਸੀ ਸੱਟ ਨਾ ਮਾਰ ਜੇ, ਘਰਦਿਆਂ ਨੇ ਇੱਕ ਨਾ ਛੋਟੀ ਜਿਹੀ ਘੋੜੀ ਲੈ ਦਿੱਤੀ। ਅੱਛਾ ਜੀ, ਆ ਜਿਹੜੇ ਰੇੜੇ ਜੁੜਦੇ ਆ। ਅੱਛਾ ਜੀ, ਤੇ ਮੈਂ ਛਾਲ ਜੀ ਮਾਰ ਕੇ ਢਿੱਡ ਜਾ ਉੱਤੇ ਧਰ ਕੇ ਚੜ ਜਾ ਕਰਾਂ। ਅੱਛਾ ਜੀ, ਤੇ ਉਹ ਜਦੋਂ ਲਈ ਫਿਰਿਆ ਕਰਾਂ, ਖੇਤ ਲੈ ਜਾ, ਇੱਧਰ ਲੈ ਜਾ, ਗਲੀਆਂ 'ਚ ਲੈ ਜਾ, ਜਿਵੇਂ ਸਕੂਟਰ ਭਜਾਈ ਫਿਰਦੇ ਜਵਾਕ। ਉਸ ਵੇਲੇ ਸਾਧਨ ਇੱਦਾਂ ਦੇ ਸੀ ਆਪਣੇ? ਹਾਂਜੀ, ਫਿਰ ਉਹ ਕਿਤੇ ਗ੍ਰਾਂ ਗਏ, ਮੈਨੂੰ ਘਰੇ ਭਾ ਗਏ। ਅੱਛਾ ਜੀ, ਤੇ ਮੈਨੂੰ ਆ ਤੂੰ ਘਰੇ ਰਹੀ। ਅੱਛਾ ਜੀ, ਤੇ ਮੈਂ ਚੜ੍ਹਨਾ ਸੀ ਘੋੜੀ ਤੇ, ਨੇੜੇ ਗਏ 2-3 ਮੀਲ, ਤੇ ਮੈਂ ਪਿੱਛੋਂ ਘੋੜੀ ਤੇ ਚੜ੍ਹ ਗਿਆ ਉਸ ਤੇ। ਅੱਛਾ ਜੀ, ਤੇ ਬਾਹਰ ਨੂੰ ਰਾਸਤਾ ਜਿੰਦਰਾ ਤੇ ਭਜਾਈ ਗਏ ਅੱਜ। ਉਹ ਮੈਂ ਵੇਖਦਾ ਗਿਆ ਵੀ ਇਹ ਮੈਨੂੰ ਵੇਖ ਨਾ ਲੈਣ, 5-7 ਕਿਲੇ ਦੂਰ ਤੁਰਿਆ ਗਿਆ, ਜਿਹੜੇ ਘਰੇ ਜਾ ਕੇ ਵੜੇ, ਫਿਰ ਉੱਥੇ ਵੜ ਗਿਆ, ਲੀੜੇ ਲੈਣ ਗਏ ਸੀ ਸਾਡੇ ਪਿੰਡ ਦੋਤਾ ਕੋਲੇ। ਅੱਛਾ ਜੀ, ਜਦੋਂ ਉਹਨਾਂ ਨੇ ਮੈਨੂੰ ਵੇਖਿਆ, ਤੈਨੂੰ ਘਰੇ ਛੱਡਿਆ ਸੀਗਾ, ਤੂੰ ਆ ਗਿਆ ਘੋੜੀ ਤੇ ਚੜ੍ਹ ਕੇ। ਮੈਂ ਆਖਿਆ ਹੁਟੇ ਲਿਆਵਾਂ ਨਾਲ, ਤੇ ਮੇਰੇ ਜੀ 1-2 ਲੱਫੜ ਮਾਰੇ ਮੇਰੇ ਬਾਪ ਨੇ, ਤੇ ਮਹਾਜਨ ਨੂੰ ਆਓ ਆਹਦਾ ਨਾਮ ਮਾਰੋ। ਮਹਾਜਨ ਨੂੰ ਆਦੇ ਵੀ ਯਾਰ ਇਹ ਸਾਨੂੰ ਬੜਾ ਤੰਗ ਕਰਦਾ, ਘੋੜੀ ਹੈਗੀ ਇੱਧਰ ਜਾਂਦੇ ਹਾਂ ਇਹ ਲਈ ਫਿਰਦਾ, ਤੇ ਇਹ ਅਸੀਂ ਵੇਚਣੀ ਹੈ। ਉਹ ਮਹਾਜਨ ਨੂੰ ਵੇਚਤੀ, ਮੈਂ ਪਛਤਾਵਾਂ ਵੀ ਮੈਂ ਨਹੀਂ ਆਉਣਾ ਸੀਗਾ, ਤੇ ਗੁਆਚ ਗਈ। ਫੇਰ ਜੀ ਵੱਡੀ ਘੋੜੀ ਹੁੰਦੀ ਸੀ, ਮੈਂ ਚੜ੍ਹਨ ਲੱਗ ਗਿਆ। 10 ਸਾਲ ਦਾ ਮੈਂ, 40 ਕਿਲੋਮੀਟਰ ਸਾਡੀ ਸਕੀਰੀ ਸੀ, ਮੈਂ ਆਪ ਘੋੜੀ ਤੇ ਜਾਂਦਾ ਸੀ। 40 ਕਿਲੋਮੀਟਰ ਦਾ ਸਫ਼ਰ ਤੁਸੀਂ ਆਪ ਕਰਦੇ ਸੀ? ਕਿਲੋਮੀਟਰ ਸੀ ਤੇ 20 ਆਉਂਦਾ, ਆਉਣ ਜਾਣ 40 ਕਿਲੋਮੀਟਰ ਆਉਣ ਜਾਣ ਕਰ ਲੈਂਦਾ 40 ਕਿਲੋ ਦਾ, ਜਦੋਂ 15 ਸਾਲ ਦਾ ਸੀਗਾ। ਅੱਛਾ, ਹੁਣ ਬਜ਼ੁਰਗੋ ਤੁਹਾਡੇ ਪਰਿਵਾਰ ਦੇ ਵਿੱਚ ਹੋਰ ਜਿਹੜੇ ਨੌਜਵਾਨ ਬੱਚੇ ਨੇ ਉਹਨਾਂ ਨੂੰ ਵੀ ਸ਼ੌਂਕ ਹੈ ਘੋੜੀ ਦਾ? ਹਾਂ, ਉਹਨਾਂ ਨੂੰ ਜੀ ਘੱਟ ਸ਼ੌਂਕ ਹੈ। ਇਹ ਘੋੜੀ ਅਸੀਂ ਲਈ, ਹੱਥ ਛੱਡ ਕੇ ਲਗਾਮ ਲਾ ਕੇ ਚੱਲਦੀ ਸੀ, ਮੈਂ ਚਲਾਉਂਦਾ ਸੀ। ਅੱਛਾ ਜੀ, ਤੇ ਉਹ ਮੇਰੇ ਪੋਤਰੇ ਵੀ ਚਲਾਉਂਦੇ ਸੀ ਆਹ ਖੜਾ। ਅੱਛਾ ਜੀ, ਕੀ ਨਾਮ ਹੈ ਜੀ ਤੁਹਾਡਾ? ਜੀ ਕੁਲਵਿੰਦਰ ਸਿੰਘ। ਕੁਲਵਿੰਦਰ ਸਿੰਘ, ਤੁਹਾਡੇ ਦਾਦਾ ਜੀ ਦੱਸ ਰਹੇ ਨੇ ਜਿਵੇਂ ਕਿ ਮੈਨੂੰ ਬਚਪਨ ਤੋਂ ਬੜਾ ਸ਼ੌਂਕ ਹੈ, ਤੁਹਾਨੂੰ ਵੀ ਨਾ ਸ਼ੌਂਕ ਹੈ ਜਾਂ ਤੁਸੀਂ ਅੱਜ ਕੱਲ ਜਿਵੇਂ ਲੱਗਦਾ ਕਿ ਸ਼ੌਂਕ ਘਟਦਾ ਜਾ ਰਿਹਾ ਪਿੰਡਾਂ ਵਿੱਚ ਆਪਣੇ? ਤੁਹਾਡੇ ਇਸ ਇਲਾਕੇ ਦੇ ਵਿੱਚ ਤਾਂ ਮੁਕਤਸਰ ਸਾਹਿਬ ਨੂੰ ਤਾਂ ਚਲੋ ਬਖਸ਼ਿਆ, ਇੱਥੇ ਘੋੜਿਆਂ ਦਾ ਸ਼ੌਂਕ ਬਹੁਤ ਜ਼ਿਆਦਾ, ਤੇ ਲੇਕਿਨ ਫਿਰ ਵੀ ਕਿਤੇ ਨਾ ਕਿਤੇ ਦੇਖਣ ਚਾਹੁੰਦਾ ਕਿ ਜਿਹੜੇ ਨੌਜਵਾਨ ਬੱਚੇ ਨੇ ਬਾਹਰ ਨੂੰ ਜਾਣ ਕਰਕੇ ਕੁਛ ਇਸ ਘੋੜਿਆਂ ਦੇ ਸ਼ੌਂਕ ਨੂੰ ਥੋੜਾ ਜਿਹਾ ਪਿੱਛੇ ਨੂੰ ਧੱਕ ਰਹੇ ਨੇ, ਕੀ ਤੁਹਾਡਾ ਕੀ ਇਹਦੇ ਬਾਰੇ ਕੀ ਵਿਚਾਰ? ਇੰਟਰਸਟ ਆਈ ਸਾਨੂੰ। ਜਵਾਕ ਚੜ ਗਿਆ ਤਾਂ ਉਹੋ ਜਿਹੀ ਹੋ ਗਈ, ਜੇ ਚੜਾ ਸਵਾਰ ਚੜ ਗਿਆ ਉਹੋ ਜਿਹੀ ਹੋ ਗਈ, ਤੇ ਉਹ ਸੂਨ ਚ ਨਾ ਕਾਮਯਾਬ ਰਹੀ, ਅਸੀਂ ਵੇਚਤੀ। ਇਹ ਮੁੰਡਾ ਰੁੱਸ ਗਿਆ ਵੀ ਇਦੂ ਬਾਅਦ ਮੈਂ ਘੋੜੀ ਤੇ ਨੀ ਚੜਨਾ, ਤੂੰ ਇਹ ਵੇਚਤੀ। ਉਦੂ ਬਾਅਦ ਇਹ ਚੜਿਆ ਵੀ ਨੀ, 4-5 ਘੋੜੀਆਂ ਰਹਿੰਗੀਆਂ, ਘੋੜਾ ਰਿਹਾ ਮੇਰੇ ਕੋਲੇ। ਅੱਛਾ ਜੀ, ਇਹ ਫਿਰ ਉਹ ਗੁੱਸੇ ਹੋ ਗਿਆ, ਚੜਿਆ ਨਹੀਂ ਗਾ ਵੀ ਯਾਰ ਇਹ ਸੀਲ ਸੀ, ਤੂੰ ਕਿਉਂ ਵੇਚਤੀ? ਅੱਛਾ ਬਜ਼ੁਰਗ, ਹੁਣ ਆਪਣੇ ਘਰ ਵਿੱਚ ਕੋਈ ਜਾਨਵਰ ਰੱਖਿਆ? ਹੁਣ ਜੀ ਮੇਰੇ ਹਰਨੀ ਫੁੱਲੀ ਆ ਇੱਥੇ ਪੇੜ ਤੇ। ਅੱਛਾ ਜੀ, ਤੇ ਹੁਣ ਮੈਨੂੰ ਚੜ੍ਹਨ ਨੂੰ ਰੋਕਿਆ। ਅੱਛਾ ਜੀ, ਜਦੋਂ ਚੜ੍ਹਨ ਨੂੰ ਰੋਕਤਾ ਤੇ ਮੈਂ ਕਿਹਾ ਮੈਥੋਂ ਰਿਹਾ ਨਹੀਂ ਜਾਣਾ, ਤੇ ਉਹਦੇ ਵੀ ਤੇਰਾ ਢਿੱਡ ਭਾਰ ਜਾਊਗਾ, ਆ ਵੱਧੀ ਆ ਪੇਟੀ। ਠੀਕ ਹੈ ਜੀ, ਤੇ ਇਉਂ ਕਰਕੇ ਵੇਚਤੀਆਂ। ਠੀਕ ਹੈ ਜੀ, ਤੇ ਬਚਪਨ ਤੋਂ ਮੈਂ ਚੜ੍ਹਦਾ ਰਿਹਾ, ਤੇ ਅਸੀਂ ਜੀ 2 ਸਵਾਰ ਲਾਏ 2 ਸ਼ੇਰੀਆਂ ਤੇ, ਹਵੋਰ ਕੋਲੇ ਰਾਜਪੁਰਾ ਉੱਥੋਂ ਦੇ। ਅੱਛਾ ਜੀ, ਉਹ ਦੂਜੇ ਪਿੰਡ ਜਾਣ ਬੀੜੀਆਂ ਪੀ ਕੇ ਆ ਜਾਣ ਘੋੜੀ ਚਲਾਉਣ ਨਾ। ਅੱਛਾ, ਮੈਂ ਪੁੱਛਾਂ ਇਹ ਨਹੀਂ ਚੱਲਦੀ, ਆਹ ਨਹੀਂ ਚੱਲਦੀ, ਮੈਂ ਕਿਹਾ ਛੋਟੇ ਹੁੰਦੇ ਚੜ੍ਹਦੇ ਰਹੇ ਆ, ਮੈਂ ਉਹਨਾਂ ਨੂੰ ਹਫ਼ਤੇ ਦੇ ਰੁਪਈਏ ਦੇ ਤੇ, ਤੇ ਮੈਂ ਆਪਦਾ ਪਿੱਛਾ ਕਰਕੇ ਯਾਦ ਤੇ ਘੋੜੀ ਤੇ ਚੜ੍ਹਨ ਲੱਗ ਗਿਆ। ਠੀਕ ਹੈ ਜੀ, ਮੈਂ ਜੀ
ਤਿੰਨਾਂ ਘੋੜੀਆਂ ਦੀ ਚਾਲ ਪਾਈ ਆਪਣੇ ਆਪ ਹੀ ਘੋੜੀਆਂ ਤਿਆਰ ਕਰ ਲਈ ਆਪ ਤੋਰਦਾ ਮੈਂ ਠੀਕ ਹੈ ਇੱਕ ਘੋੜਾ ਤੋਰਿਆ ਇਹ ਘੋੜੀ ਮੇਰੀ ਮੁਕਤਸਰ ਜ਼ਿਲ੍ਹੇ ਦਾ ਡੀਸੀ ਦਫ਼ਤਰ ਕੋਲੇ ਹਾਂਜੀ ਪਹਿਲਾ ਨੰਬਰ ਮੁਕਤਸਰ ਜ਼ਿਲ੍ਹੇ ਦਾ ਲੈਂਦੀ ਸੀ ਸਜਾਵਟ 'ਚ ਨੱਚਣ 'ਚ ਕਹੇ ਤੋਂ ਭੰਗੜਾ ਪਾਉਂਦੀ ਸੀ ਠੀਕ ਹੈ ਜੀ ਕਹੇ ਤੋਂ ਮੱਥਾ ਟੇਕਦੀ ਸੀ ਤੇ ਕਹੇ ਤੋਂ ਸਭ ਕੁਛ ਕਰਦੀ ਸੀਗੀ ਅੱਛਾ ਬਜ਼ੁਰਗੋ ਮੈਂ ਤੁਹਾਡੇ ਕੋਲੇ ਜਾਨਣਾ ਚਾਹੁੰਦਾ ਜਦੋਂ ਤੁਸੀਂ ਆਪਣੇ ਬਚਪਨ ਵਿੱਚ ਇਹ ਸ਼ੌਂਕ ਪੂਰਾ ਕਰਦੇ ਸੀ ਹਾਂਜੀ ਅੱਜ ਦੇ ਜਿਹੜੇ ਨੌਜਵਾਨ ਬੱਚੇ ਜਿਵੇਂ ਤੁਹਾਡਾ ਪੋਤਰਾ ਕੋਲ ਖੜਾ ਜੀ ਇਹਨਾਂ ਨੂੰ ਇਹ ਸ਼ੌਂਕ ਨਹੀਂ ਹੈ ਤੁਹਾਡੇ ਮਨ ਦੇ ਵਿੱਚ ਕਿੱਦਾਂ ਦਾ ਬਲਬਲਾ ਇਸ ਚੀਜ਼ ਦੇ ਮੇਰੇ ਮਨ 'ਚ ਇਹ ਹੈ ਜੀ ਜਿਹੜਾ ਘੋੜੀ ਤੇ ਚੜ੍ਹਦਾ ਨਾ ਪਹਿਲੀ ਗੱਲ ਤਾਂ ਬੁੱਢਾ ਨਹੀਂ ਹੁੰਦਾ ਬੁੱਢਾ ਨਹੀਂ ਹੁੰਦਾ ਜਿਹੜਾ ਘੋੜੀ ਤੇ ਚੜ੍ਹਦਾ ਠੀਕ ਹੈ ਜੀ ਤੇ ਜੇ ਬੁੱਢਾ ਹੋ ਜੂ ਤਾਂ ਰਹੂ ਤੰਦਰੁਸਤ ਹਾਂ ਯਾਨੀ ਕਿ ਇਹ ਤੁਹਾਡਾ ਕਹਿਣਾ ਵੀ ਜੇ ਘੋੜ ਸਵਾਰੀ ਕਰਾਂਗੇ ਤਾਂ ਤੰਦਰੁਸਤ ਰਹਾਂਗੇ ਤੰਦਰੁਸਤ ਰਵਾਂਗੇ ਅੱਛਾ ਜੀ ਡਾਕਟਰ ਕੋਲੇ ਗਿਆ ਦਾ ਕਸਰਤ ਕਰਿਆ ਕਰ ਮੈਂ ਕਿਹਾ ਜੀ ਤੁਰਿਆ ਨਹੀਂ ਜਾਂਦਾ ਆਹਦਾ ਕੁਛ ਤਾਂ ਕਰ ਮੈਂ ਜੀ ਘੋੜੀ ਤੇ ਚੜ੍ਹ ਜਾਂਦਾ ਕਿੰਨੀ ਕੁ ਵਾਟ ਮੈਂ ਕਿਹਾ 20 ਕਿਲੋਮੀਟਰ ਵੀ ਕਰ ਦਿੰਦਾ 10 ਵੀ ਕਰ ਦਿੰਦਾ ਆਹਦਾ ਇਦੋਂ ਵੱਡੀ ਕਸਰਤ ਕੋਈ ਨਹੀਂ ਬਾਬਾ ਅੱਛਾ ਬਜ਼ੁਰਗੋ ਬਹੁਤ ਚੰਗਾ ਲੱਗਿਆ ਤੁਹਾਨੂੰ ਮਿਲ ਕੇ ਤੁਹਾਡੇ ਵਰਗੇ ਬਜ਼ੁਰਗ ਜੇਕਰ ਸਾਨੂੰ ਇੱਦਾਂ ਚੰਗੀ ਸਿੱਖਿਆ ਦੇਣਗੇ ਤੇ ਜਿਹਨਾਂ ਨੂੰ ਦੇਖ ਕੇ ਸੱਚ ਪੁੱਛਾਂ ਤਾਂ ਤੁਹਾਡੇ ਹੱਥ ਵਿੱਚ ਸੋਟੀ ਫੜੀ ਦੇਖ ਕੇ ਮੈਨੂੰ ਯਕੀਨ ਨਹੀਂ ਹੋ ਰਿਹਾ ਵੀ ਤੁਸੀਂ ਜਿਹੜਾ ਜੇ ਇਹ ਤੁਹਾਨੂੰ ਇਹਦੀ ਜ਼ਰੂਰਤ ਮੇਰੇ ਕੋਲੇ ਕਾਪੀ ਹੁੰਦੀ ਜੀ ਇਹ ਚ ਭੁੱਲਿਆ ਅੱਜ ਵਿਖਾ ਦੇਈਦੀ ਹਾਂ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਹੈ ਜੀ ਤੇ ਤੁਸੀਂ ਸਾਨੂੰ ਪਰਚੀ ਤੇ ਲਿਖ ਦਿਓ ਜੇ ਉਹ ਦੇਖਣ